संगत जी वाहे गुरु जी का खालसा वाहे गुरु जी की फतेह। अनमोल विचार चैनल विच आप सब दा स्वागत है। संगत जी अपनी अज दी इह वीडियो शुरू करन तो पहला आप जी दे चरणा दे विच बेनती आ कि जेकर इह वीडियो तुहाडे तक आ गई आ तुसी सुननी शुरू कर दित्ती आ ता कृपा करके अज दी इस वीडियो नू पूरा जरूर सुनियो जी, क्योंकि अज दी वीडियो दी एक एक गल बहुत कीमती आ, साडे काम आउण वाली आ। वीडियो नू पूरा सुनियो, जे वीडियो तुहानू चंगी लगी फिर तुसी इहनू लाइक अते शेयर कर देना तां जो इह मैसेज होर भी भैण भरावां तक पहुँच सके। अते कमेंट बॉक्स दे विच जरूर दस्सियो जी कि इह वीडियो तुहानू किस तरह दी लगी। तां आओ अज दी इह वीडियो शुरू करदे आं। संगत जी सब तो पहला आप जी दे नाल एक कहानी सांझी करांगे, क्योंकि कहानी दे राही गल वधिया तरीके दे नाल समझ दे विच आ जांदी आ। तां आओ फिर ये कहानी शुरू करदे आ। इदां ही कहिंदे ना, एक वार दी गल आ कि एक मनुख जो अपनी जिंदगी दे विच बहुत ज्यादा दुखी परेशान सी अते उहदी जिंदगी दा सब तो वड्डा दुख सी पैसे दी कमी। उहनूं लगदा सी कि मेरे कोल बहुत सारा पैसा आ जावे तां मैं सुखी हो जावांगा। इस करके उह जिस नूं वी मिलदा, जिस दे कोल वी बैठदा, हर एक बंदे दे नाल अपना दुख फरोलदा, भाव कि अपनी जिंदगी दीआं समस्यावां बारे दसदा। कईआं नूं पुछदा कि मैनूं कोई अमीर बनण दा राह दसो, मैनूं कोई ऐसा उपा दसो जिहदे नाल मेरे कोल बहुत सारा पैसा आ जावे। ते फिर कहिंदे जिन्हां दे कोल उह बैठदा सी उह हर एक बंदा आपो अपने ज्ञान दे मुताबक उहनूं सलाह वी दिंदा, क्योंकि हरेक बंदे ने अपनी सोच अपने ज्ञान दे मुताबक ही सलाह देनी हुंदी आ। तां कईआं ने उहनूं नवां काम धंधा कारोबार शुरू करन दी सलाह दित्ती, कई लोकां ने उहनूं टूणे टोटके उपावां बारे वी दस्सिया, कईआं ने सियाणे बाबिआं बारे दस्सिया वी जा भाई तूं फलाणे बाबे दे कोल जा, तेरा काम धंधा किसे ने बन्निआ ना होवे, जा के उहदे तों खलाह आ। भाव कि कईआं ने इहनूं वहिमां भरमां दे विच वी पा दित्ता, कईआं ने इहनूं गलत सलाह दे के पटका दित्ता, अते कई लोक पिठ पिछे इहदा मजाक वी उड़ाउंदे कि इह किन्ना लाई लग गिआ, हरेक बंदे दे मगर लग जांदा ऐ। सो इहदी जिंदगी दीआं परेशानियां उलझना घटन दी बजाए होर वध रहीआं सी, ਇਹ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਦੁਖੀ ਹੋ ਰਿਹਾ ਸੀ। ਕਿਉਂਕਿ ਅਕਸਰ ਹੀ ਇਦਾਂ ਹੁੰਦਾ ਹੈ ਜਦੋਂ ਆਪਾਂ ਬਹੁਤੀਆਂ ਸਲਾਹਾਂ ਲੈਂਦੇ ਆ ਨਾ, ਤਾਂ ਬਹੁਤੀਆਂ ਸਲਾਹਾਂ ਕਰਕੇ ਕਈ ਵਾਰ ਬੰਦਾ ਸਹੀ ਫੈਸਲਾ ਨਹੀਂ ਕਰ ਪਾਉਂਦਾ, ਸਾਨੂੰ ਆਪਣੇ ਫੈਸਲੇ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਆ। ਇਸੇ ਤਰ੍ਹਾਂ ਹੀ ਇਸ ਮਨੁੱਖ ਦੇ ਨਾਲ ਹੋ ਰਿਹਾ ਸੀ। ਕਹਿੰਦੇ ਪਰ ਫਿਰ ਵੀ ਇੱਕ ਦਿਨ ਇਹਦਾ ਮੇਲ ਕਿਸੇ ਸੱਜਣ ਪੁਰਸ਼ ਦੇ ਨਾਲ ਹੋਇਆ, ਉਹਨੇ ਇਹਨੂੰ ਸਹੀ ਰਾਹ ਦਿਖਾ ਦਿੱਤਾ। ਕਿਉਂਕਿ ਜਦੋਂ ਇਸ ਦੁਖੀ ਮਨੁੱਖ ਨੇ ਉਹਨੂੰ ਆਪਣਾ ਦੁੱਖ ਦੱਸਿਆ ਤਾਂ ਉਹ ਇਹਦੀਆਂ ਗੱਲਾਂ ਸੁਣ ਕੇ ਹੀ ਸਮਝ ਗਿਆ ਕਿ ਇਹ ਬੰਦਾ ਮਨ ਕਰਕੇ ਦੁਖੀ ਆ, ਤੇ ਮਨ ਦਾ ਇਲਾਜ ਕੋਈ ਸੰਤ ਮਹਾਂਪੁਰਖ ਜੀ ਕਰ ਸਕਦੇ ਨੇ। ਇਸ ਕਰਕੇ ਉਹ ਮਨੁੱਖ ਨੇ ਇਹਨੂੰ ਇੱਕ ਸੰਤ ਮਹਾਂਪੁਰਖ ਜੀ ਦੀ ਦੱਸ ਪਾਈ, ਕਿਹਾ ਕਿ ਫਲਾਣੇ ਥਾਂ ਦੇ ਉੱਤੇ ਇੱਕ ਸੰਤ ਮਹਾਂਪੁਰਖ ਜੀ ਆਏ ਹੋਏ ਨੇ, ਤੂੰ ਉਹਨਾਂ ਦੇ ਕੋਲ ਜਾ, ਉਹਨਾਂ ਨੂੰ ਆਪਣਾ ਦੁੱਖ ਦੱਸ, ਉਹ ਤੇਰੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਜ਼ਰੂਰ ਕਰਨਗੇ। ਕਹਿੰਦੇ ਇਹ ਮਨੁੱਖ ਉਸੇ ਹੀ ਵੇਲੇ ਸੰਤ ਮਹਾਂਪੁਰਖਾਂ ਦੇ ਕੋਲ ਗਿਆ, ਜਾ ਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਦੱਸਣੇ ਸ਼ੁਰੂ ਕੀਤੇ ਅਤੇ ਅਖੀਰ ਦੇ ਵਿੱਚ ਕਿਹਾ, ਬਾਬਾ ਜੀ ਮੈਨੂੰ ਕੋਈ ਐਸਾ ਹੱਲ, ਕੋਈ ਐਸਾ ਉਪਾਅ ਦੱਸੋ ਜਿਹਦੇ ਨਾਲ ਮੈਂ ਸੁਖੀ ਹੋ ਜਾਵਾਂ, ਜਿਹਦੇ ਨਾਲ ਮੈਂ ਬਹੁਤ ਅਮੀਰ ਹੋ ਜਾਵਾਂ, ਮੇਰੇ ਕੋਲ ਬਹੁਤ ਸਾਰਾ ਪੈਸਾ ਆਉਣਾ ਸ਼ੁਰੂ ਹੋ ਜਾਵੇ। ਤੇ ਕਹਿੰਦੇ ਸੰਤ ਜੀ ਕਹਿਣ ਲੱਗੇ ਵੀ ਭਾਈ ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਤੂੰ ਸੁਖੀ ਹੋਣਾ ਚਾਹੁੰਦਾ ਹੈ ਕਿ ਪੈਸਾ ਪ੍ਰਾਪਤ ਕਰਨਾ ਚਾਹੁੰਦਾ ਹੈ। ਤੇ ਕਹਿੰਦੇ ਇਹ ਮਨੁੱਖ ਕਹਿਣ ਲੱਗਾ, ਬਾਬਾ ਜੀ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਜੇ ਮੇਰੇ ਕੋਲ ਪੈਸਾ ਆਵੇਗਾ ਤਾਂ ਹੀ ਸੁਖੀ ਹੋਵਾਂਗਾ। ਤਾਂ ਬਾਬਾ ਜੀ ਨੇ ਉਹਨੂੰ ਬਹੁਤ ਸਾਰੀਆਂ ਦਲੀਲਾਂ ਉਦਾਹਰਨਾਂ ਦੇ ਕੇ ਬਹੁਤ ਗਿਆਨ ਦੀਆਂ ਗੱਲਾਂ ਸਮਝਾ ਕੇ ਇਹ ਸਮਝਾਉਣਾ ਚਾਹਿਆ ਕਿ ਸੁੱਖ ਦਾ ਸੰਬੰਧ ਪੈਸੇ ਦੇ ਨਾਲ ਨਹੀਂ ਆ, ਪਰ ਕਹਿੰਦੇ ਇਹ ਮਨੁੱਖ ਸਮਝਣ ਨੂੰ ਤਿਆਰ ਨਹੀਂ ਸੀ। ਇਸ ਕਰਕੇ ਸੰਤ ਜੀ ਸਮਝ ਗਏ ਕਿ ਇਹ ਬੰਦੇ ਦੇ ਮਨ ਦਾ ਜਿਹੜਾ ਰੋਗ ਆ ਨਾ ਉਹ ਕਾਫੀ ਵੱਧ ਚੁੱਕਿਆ ਹੈ, ਇਸ ਕਰਕੇ ਇਹ ਸਮਝਾਇਆ ਨਹੀਂ ਸਮਝੇਗਾ, ਇਹਨੂੰ ਦਿਖਾਉਣਾ ਪਵੇਗਾ, ਇਹ ਦੇਖ ਕੇ ਹੀ ਸਮਝੇਗਾ। ਇਸ ਕਰਕੇ ਉਹ ਸੰਤ ਜੀ ਨੇ ਇਸ ਮਨੁੱਖ ਨੂੰ ਕਿਹਾ ਕਿ ਭਾਈ ਜੇ ਤੂੰ ਅਮੀਰ ਬਣਨਾ ਚਾਹੁੰਦਾ ਹੈ, ਤਾਕਤਵਰ ਬਣਨਾ ਚਾਹੁੰਦਾ ਹੈ ਨਾ, ਤਾਂ ਫਿਰ ਜਿਸ ਰਸਤੇ ਰਾਹੀਂ ਤੂੰ ਆਇਆ ਹੈ ਉਸੇ ਰਸਤੇ ਦੇ ਵਿੱਚ ਹੀ ਇੱਕ ਬਹੁਤ ਅਮੀਰ ਤਾਕਤਵਰ ਕਿਸਾਨ ਦਾ ਖੇਤ ਆ, ਉਹ ਕਿਸਾਨ ਇਸ ਵਕਤ ਆਪਣੇ ਖੇਤਾਂ ਦੇ ਵਿੱਚ ਹੀ ਹੋਵੇਗਾ। ਜੇਕਰ ਤੂੰ ਅਮੀਰ ਬਣਨਾ ਚਾਹੁੰਦਾ ਹੈ, ਤਾਕਤਵਰ ਬਣਨਾ ਚਾਹੁੰਦਾ ਹੈ,
ਤਾਂ ਜਾ ਕੇ ਉਸ ਕਿਸਾਨ ਨੂੰ ਮਿਲ ਅਤੇ ਉਸ ਤੋਂ ਉਹਦੀ ਅਮੀਰੀ ਉਹਦੀ ਤਾਕਤ ਦਾ ਰਾਜ ਪੁੱਛ ਲਾ। ਕਹਿੰਦੇ ਇਹ ਦੁਖੀ ਮਨੁੱਖ ਉਸੇ ਵੇਲੇ ਹੀ ਉਸ ਪਾਸੇ ਨੂੰ ਤੁਰ ਪਿਆ ਜਿਸ ਪਾਸੇ ਨੂੰ ਸੰਤ ਮਹਾਂਪੁਰਖ ਜੀ ਨੇ ਭੇਜਿਆ। ਕਹਿੰਦੇ ਜਾਂਦਿਆਂ ਨੂੰ ਕਿਸਾਨ ਆਪਣੇ ਖੇਤਾਂ ਦੇ ਵਿੱਚ ਹਲ ਚਲਾ ਰਿਹਾ ਸੀ, ਪਰ ਕਹਿੰਦੇ ਇਹਨੇ ਕਿਸਾਨ ਦੇ ਕੱਪੜਿਆਂ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਇਹ ਜ਼ਰੂਰ ਉਸ ਅਮੀਰ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਮਜ਼ਦੂਰ ਰੱਖਿਆ ਹੋਵੇਗਾ, ਕਿਉਂਕਿ ਉਹ ਆਪ ਤਾਂ ਇੰਨਾ ਅਮੀਰ ਆ, ਇਸ ਕਰਕੇ ਉਹ ਇੰਨੀ ਧੁੱਪ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਕੰਮ ਕਿਉਂ ਕਰੇਗਾ। ਇਸ ਕਰਕੇ ਕਹਿੰਦੇ ਇਹਨੇ ਉਹ ਕਿਸਾਨ ਦੇ ਕੋਲ ਜਾ ਕੇ ਕਿਹਾ ਕਿ ਜਾ ਭਾਈ ਆਪਣੇ ਮਾਲਕ ਨੂੰ ਬੁਲਾ ਕੇ ਲੈ ਕੇ ਆ, ਮੈਂ ਉਹਨਾਂ ਨੂੰ ਮਿਲਣ ਆਇਆ ਹਾਂ। ਕਹਿੰਦੇ ਕਿਸਾਨ ਨੇ ਕਿਹਾ ਤੁਸੀਂ ਕਿਸ ਮਾਲਕ ਦੀ ਗੱਲ ਕਰਦੇ ਹੋ? ਤਾਂ ਇਹਨੇ ਕਿਹਾ ਇਸ ਖੇਤ ਦੇ ਮਾਲਕ ਦੀ ਗੱਲ ਕਰ ਰਿਹਾ ਹਾਂ। ਤਾਂ ਕਹਿੰਦੇ ਕਿਸਾਨ ਨੇ ਮੁਸਕਰਾਉਂਦੇ ਹੋਏ ਨੇ ਕਿਹਾ ਕਿ ਭਾਈ ਮੈਂ ਹੀ ਇਸ ਖੇਤ ਦਾ ਮਾਲਕ ਹਾਂ। ਕਹਿੰਦੇ ਇਹ ਦੁਖੀ ਮਨੁੱਖ ਉਹ ਕਿਸਾਨ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਅਤੇ ਪੁੱਛਣ ਲੱਗਾ ਕਿ ਮੈਂ ਤਾਂ ਇੱਕ ਅਮੀਰ ਤਾਕਤਵਰ ਕਿਸਾਨ ਨੂੰ ਮਿਲਣ ਆਇਆ ਸਾਂ, ਮੈਨੂੰ ਸੰਤ ਜੀ ਨੇ ਇੱਥੇ ਭੇਜਿਆ ਸੀ। ਤਾਂ ਕਹਿੰਦੇ ਉਹ ਕਿਸਾਨ ਕਹਿਣ ਲੱਗਾ ਵੀ ਭਾਈ ਤੁਸੀਂ ਸਹੀ ਜਗ੍ਹਾ ਤੇ ਆਏ ਹੋ, ਮੈਂ ਇਸ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਹਾਂ, ਖੁਸ਼ ਇਨਸਾਨ ਹਾਂ, ਸਭ ਤੋਂ ਤਾਕਤਵਰ ਇਨਸਾਨ ਹਾਂ, ਦੱਸੋ ਤੁਸੀਂ ਮੈਨੂੰ ਕਿਉਂ ਮਿਲਣਾ ਚਾਹੁੰਦੇ ਸੀ? ਤਾਂ ਕਹਿੰਦੇ ਇਹ ਮਨੁੱਖ ਕਹਿਣ ਲੱਗਾ ਮੈਂ ਵੀ ਤੁਹਾਡੇ ਵਾਂਗ ਅਮੀਰ ਬਣਨਾ ਚਾਹੁੰਦਾ ਹਾਂ, ਤੁਹਾਡੇ ਵਾਂਗ ਖੁਸ਼ ਰਹਿਣਾ ਚਾਹੁੰਦਾ ਹਾਂ, ਤਾਕਤਵਰ ਬਣਨਾ ਚਾਹੁੰਦਾ ਹਾਂ, ਇਸ ਕਰਕੇ ਕਿਰਪਾ ਕਰਕੇ ਮੈਨੂੰ ਤੁਸੀਂ ਆਪਣੀ ਅਮੀਰੀ, ਆਪਣੀ ਖੁਸ਼ੀ, ਆਪਣੀ ਤਾਕਤ ਦਾ ਰਾਜ ਦੱਸੋ। ਤਾਂ ਕਹਿੰਦੇ ਇਹ ਕਿਸਾਨ ਕਹਿਣ ਲੱਗਾ ਕਿ ਭਾਈ ਮੇਰੀ ਅਮੀਰੀ ਦਾ ਰਾਜ ਆ ਕਿ ਮੈਂ ਰੋਜ਼ ਸਵੇਰੇ ਜਲਦੀ ਉੱਠ ਜਾਂਦਾ ਹਾਂ, ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦਾ ਹਾਂ, ਉੱਠ ਕੇ ਪਹਿਲਾਂ ਪਰਮਪਿਤਾ ਪਰਮਾਤਮਾ ਦਾ ਨਾਮ ਜਪਦਾ ਹਾਂ, ਫਿਰ ਉਹ ਪਰਮਾਤਮਾ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਕੋਟਨ ਕੋਟ ਸ਼ੁਕਰਾਨਾ ਕਰਦਾ ਹਾਂ ਕਿ ਪਰਮਾਤਮਾ ਤੁਸੀਂ ਮੈਨੂੰ ਇੰਨਾ ਕੁਝ ਦਿੱਤਾ, ਤੁਹਾਡਾ ਧੰਨਵਾਦ। ਫਿਰ ਉਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਨੂੰ ਮਿਲ ਕੇ ਇੱਥੇ ਖੇਤਾਂ ਦੇ ਵਿੱਚ ਆ ਜਾਂਦਾ ਹਾਂ, ਖੇਤਾਂ ਦੇ ਵਿੱਚ ਸਾਰਾ ਦਿਨ ਕੰਮ ਕਰਦਾ ਹਾਂ, ਨਾਲ ਨਾਲ ਰੱਬ ਦਾ ਨਾਮ ਜਪਦਾ ਹਾਂ। ਕਹਿੰਦੇ ਜਦੋਂ ਉਹਨੇ ਖੇਤਾਂ ਦੇ ਵਿੱਚ ਕੰਮ ਕਰਨ ਦੀ ਗੱਲ ਕਹੀ ਤਾਂ ਇਹ ਦੁਖੀ ਮਨੁੱਖ ਕਹਿਣ ਲੱਗਾ ਕਿ ਮੈਨੂੰ ਤੁਹਾਡੀ ਇੱਕ ਗੱਲ ਸਮਝ ਨਹੀਂ ਆਈ, ਤੁਸੀਂ ਇੰਨੇ ਅਮੀਰ ਹੋ, ਇੰਨੇ ਪੈਸੇ ਵਾਲੇ ਹੋ, ਫਿਰ ਤੁਹਾਨੂੰ ਖੁਦ ਕੰਮ ਕਰਨ ਦੀ ਕੀ ਲੋੜ ਆ, ਤੁਸੀਂ ਤਾਂ ਮਜ਼ਦੂਰ ਰੱਖ ਸਕਦੇ ਹੋ। ਤਾਂ ਕਹਿੰਦੇ ਉਹ ਕਿਸਾਨ ਕਹਿਣ ਲੱਗਾ ਭਾਈ ਤੁਹਾਨੂੰ ਕਿੰਨੇ ਕਿਹਾ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੈ? ਹਾਂ, ਮੇਰੇ ਕੋਲ ਇੰਨਾ ਕੁ ਪੈਸਾ ਹੈ ਜਿਹਦੇ ਨਾਲ ਮੈਂ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰ ਲੈਂਦਾ ਹਾਂ, ਮੈਂ ਬਹੁਤਾ ਧਨ ਇਕੱਠਾ ਨਹੀਂ ਕੀਤਾ, ਪਰ ਇੰਨਾ ਕੁ ਧਨ ਹੈ ਜਿਹਦੇ ਨਾਲ ਮੇਰਾ ਗੁਜ਼ਰ ਬਸਰ ਬੜਾ ਸੋਹਣਾ ਹੋ ਰਿਹਾ ਹੈ, ਮੈਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਆ। ਤੇ ਕਹਿੰਦੇ ਉਹ ਦੁਖੀ ਮਨੁੱਖ ਕਹਿਣ ਲੱਗਾ ਵੀ ਫਿਰ ਤੁਸੀਂ ਕਾਹਦੇ ਅਮੀਰ ਹੋਏ, ਤੁਸੀਂ ਮੈਨੂੰ ਝੂਠ ਕਿਉਂ ਬੋਲਿਆ? ਤੁਸੀਂ ਤਾਂ ਕਹਿ ਰਹੇ ਸੀ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹਾਂ, ਤਾਕਤਵਰ ਬੰਦਾ ਹਾਂ, ਖੁਸ਼ ਬੰਦਾ ਹਾਂ, ਜੇਕਰ ਤੁਹਾਡੇ ਕੋਲ ਪੈਸਾ ਹੀ ਨਹੀਂ ਆ ਤਾਂ ਫਿਰ ਤੁਸੀਂ ਅਮੀਰ ਕਾਹਦੇ ਨਾਲ ਹੋ ਗਏ? ਤੇ ਕਹਿੰਦੇ ਉਹ ਕਿਸਾਨ ਨੇ ਕਿਹਾ ਭਾਈ ਪੁਰਖਾ ਕਿਉਂਕਿ ਮੇਰੇ ਕੋਲ ਪੈਸੇ ਤੋਂ ਵੀ ਕੀਮਤੀ ਚੀਜ਼ਾਂ ਨੇ। ਤੇ ਕਹਿੰਦੇ ਇਸ ਮਨੁੱਖ ਨੇ ਫਿਰ ਮਨ ਦੇ ਵਿੱਚ ਸੋਚਿਆ ਵੀ ਜ਼ਰੂਰ ਇਹ ਹੀਰੇ ਮੋਤੀਆਂ ਦਾ ਵਪਾਰ ਕਰਦਾ ਹੋਵੇਗਾ, ਪਰ ਫਿਰ ਵੀ ਇਹਨੇ ਆਪਣੀ ਜਾਣਕਾਰੀ ਦੇ ਲਈ ਪੁੱਛਿਆ ਕਿਹਾ ਪੈਸੇ ਤੋਂ ਵੱਧ ਕੀਮਤੀ ਚੀਜ਼ਾਂ ਉਹ ਕਿਹੜੀਆਂ ਨੇ? ਤਾਂ ਕਹਿੰਦੇ ਕਿਸਾਨ ਨੇ ਕਿਹਾ ਸਭ ਤੋਂ ਪਿਆਰੀ ਚੀਜ਼ ਆ ਮੇਰੇ ਕੋਲ ਮੇਰਾ ਇਹ ਸੋਹਣਾ ਸਰੀਰ, ਤੰਦਰੁਸਤ ਸਰੀਰ, ਇਹ ਸੋਹਣਾ ਦਿਮਾਗ ਜਿਹਦੇ ਨਾਲ ਮੈਂ ਸਹੀ ਫੈਸਲੇ ਕਰ ਸਕਦਾ ਹਾਂ, ਇਹ ਸੋਹਣੇ ਸਰੀਰ ਦੇ ਨਾਲ ਮੈਂ ਆਪਣੇ ਸਾਰੇ ਕੰਮ ਆਪਣੇ ਹੱਥੀਂ ਕਰ ਸਕਦਾ ਹਾਂ, ਮੈਂ ਕਿਸੇ ਦਾ ਮੁਹਤਾਜ ਨਹੀਂ ਹਾਂ, ਆਪਣੇ ਕੰਮਾਂ ਦੇ ਲਈ ਕਿਸੇ ਦੇ ਉੱਤੇ ਡਿਪੈਂਡ ਨਹੀਂ ਹਾਂ। ਉਸ ਤੋਂ ਬਾਅਦ ਕੀਮਤੀ ਚੀਜ਼ ਹੈ ਮੇਰੇ ਕੋਲ ਮੇਰਾ ਘਰ ਜਿਹਦੇ ਵਿੱਚ ਮੈਂ ਰਹਿੰਦਾ ਹਾਂ, ਮੇਰੇ ਧੀਆਂ ਪੁੱਤਰ ਮੇਰੇ ਲਈ ਬਹੁਤ ਕੀਮਤੀ ਨੇ, ਅਤੇ ਸਭ ਤੋਂ ਕੀਮਤੀ ਚੀਜ਼ ਹੈ ਮੇਰੇ ਕੋਲ ਸਬਰ ਸੰਤੋਖ ਦੀ ਦਾਤ। ਮੈਂ ਲੋਕਾਂ ਵਾਂਗ ਬੇਸਬਰਾ ਨਹੀਂ ਹਾਂ, ਮੈਂ ਬੇਸ਼ੁਕਰਾ ਨਹੀਂ ਹਾਂ, ਮੈਨੂੰ ਜੋ ਪਰਮਾਤਮਾ ਨੇ ਦਿੱਤਾ ਹੈ ਨਾ ਮੈਂ ਉਹਦੇ ਵਿੱਚ ਬਹੁਤ ਖੁਸ਼ ਹਾਂ, ਬਹੁਤ ਸੰਤੁਸ਼ਟ ਹਾਂ, ਇਸ ਕਰਕੇ ਮੈਂ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਆਪਣੇ ਆਪ ਨੂੰ ਅਖਵਾਉਣਾ ਹਾਂ। ਵਾਹਿਗੁਰੂ ਜੀ ਨੇ ਮੇਰੇ ਉੱਤੇ ਬੜੀ ਕਿਰਪਾ ਕੀਤੀ ਆ, ਮੈਨੂੰ ਇੱਕ ਉੱਦਮੀ ਮਿਹਨਤੀ ਇਨਸਾਨ ਬਣਾਇਆ ਹੈ, ਮੈਂ ਆਲਸੀ ਨਹੀਂ ਹਾਂ, ਮੈਂ ਦੂਜਿਆਂ ਦੇ ਉੱਤੇ ਆਸ ਉਮੀਦ ਰੱਖ ਕੇ ਬੈਠਣ ਵਾਲਾ ਨਹੀਂ ਹਾਂ, ਮੇਰੇ ਪਰਮ ਪਿਤਾ ਪਰਮਾਤਮਾ ਜੀ ਨੇ ਮੇਰੇ ਅੰਦਰ ਇੰਨਾ ਆਤਮ ਵਿਸ਼ਵਾਸ ਪੈਦਾ ਕੀਤਾ ਹੈ, ਇੰਨੀ ਤਾਕਤ ਪੈਦਾ ਕੀਤੀ ਹੈ, ਮੈਨੂੰ ਕੋਈ ਵੀ ਕੰਮ ਕਰਨਾ ਮੁਸ਼ਕਲ ਨਹੀਂ ਲੱਗਦਾ, ਮੈਨੂੰ ਹਰ ਵੇਲੇ ਪਰਮ ਪਿਤਾ ਪਰਮਾਤਮਾ ਦਾ ਮਿਹਰ ਭਰਿਆ ਹੱਥ ਆਪਣੇ ਸਿਰ 'ਤੇ ਲੱਗਦਾ ਹੈ, ਇਸ ਕਰਕੇ ਮੈਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ
इंसान समझदा हाँ अते मैं हाँ क्योंकि हर वेले परम पिता परमात्मा जी मेरे नाल ने मेरे हर काम दे विचो वरत रहे ने मैं हक सच दी किरत करदा हाँ मैनू बेईमानी ते पकवान दे नालो अपनी हक सच दी सुक्की रोटी बड़ी ताकत वाली लगती है मैं खुश हाँ कि मेरे कोल रोजी रोटी कमाउण नू इह खेत आ जिथे मैं काम करदा हाँ हथी किरत करदा हाँ इस करके मैं अपने आप नू सब तो खुश नसीब सब तो अमीर सब तो ताकतवर इंसान समझदा हाँ। वो किसान ने उस मनुख नू समझाया कि भलिया असल अमीरी पैसा नहीं आ असल अमीरी आ साडा तन अते साडा मन जे साडा तन ते मन दोवें तंदुरुस्त नरोए आ ता असी दुनिया दे सब तो धनवान इंसान आ जे शरीर तंदुरुस्त आ ता असी हर एक काम नू वधिया तरीके दे नाल कर सकदे आ जे साडा मन खुश आ मन संतुष्ट आ ता फिर बंदा थोड़े दे विच भी खुश रह लैंदा है अपनी जिंदगी दे विच हर खुशी नू ओ माण सकदा है पर जे बंदा मन करके दुखी आ तन करके दुखी आ ता ओहदे कोल जिन्ना मर्जी पैसा होवे ओह पैसा ओहनू चंगा नहीं लगदा दुनिया दे विच बहुत सारे ऐसे लोग ने जिन्हां दे कोल पैसा बहुत आ पर परिवार नहीं आ धियां पुत्तर नहीं आ जे है तो वह पैसे करके ही एक दूसरे के दुश्मन बन बैठे ने कुछ लोगों के कोल बहुत सारा पैसा है पर सोहनी सेहत नहीं आ तंदुरुस्ती नहीं आ खाण दे लई 36 प्रकार के भोजन आ पर उन्होंने खाण का ही हुक्म नहीं आ क्योंकि डॉक्टरां ने बंद किया है शरीर में कई तरह के दुख रोग लगे आ जिस करके वह पकवान उन्होंने पचते नहीं आ तो फिर ऐसे पकवाना का की फायदा ऐसे पैसे का की फायदा सो मुकदी गल यह कि असली धन आ साडा तन अते मन साडे धियां पुत्र साडा परिवार अते सब तो कीमती धन वह परम पिता परमात्मा का नाम जेकर असी रोज सवेरे अमृत वेले उठते हाँ उठ के परम पिता परमात्मा का नाम जपते हैं अपने गुरु की गोद का निघ मानते हैं तो यह कोई छोटी कृपा नहीं आ यह कोई छोटी दात नहीं आ जे गुरु जी सानू अपनी गोद में बिठा के अपना नाम जपा रहे हैं ना तो यह बहुत वड्डी कृपा है बहुत वड्डी दात आ इहदे लई मालक का शुकराना करो सो मुकदी गल यह है कि परमात्मा के शुकराने के रहना चाहिए है सबर संतोख के रहना चाहिए है क्योंकि बेसबरा अते बेशुकरा इंसान वह कदे भी खुश नहीं रह सकता कदे भी सुखी नहीं रह सकता उहदे अगे जो मर्जी लिया के रख दो उहने उहदे विचों भी कमी कढ देनी आ उहने उहदे नाल भी संतुष्ट नहीं होना कहिंदे फिर उह किसान ने उस दुखी इंसान नूं कहा कि सुखी होण दा अमीर होण दा सब तो वड्डा मंत्र है मालक दा शुकराना तू भी सवेरे उठ के वाहेगुरु जी दा शुकराना करिया कर फिर तेनू पता लगना कि तू भी किन्ना अमीर है तो किसान कहन लगा भरावा ये दुख असी खुद अपने आप नू दे रहे हैं क्योंकि इंसान की आदत आ कि इंसान उन्हां चीज़ां दे पिछे भजदा है जो चीज़ां उहदे कोल नहीं आ पर जो चीज़ां मालक ने उन्हूं दित्तियां ने उन्हां दी ओह कदर नहीं करदा इस करके तू जो चीज़ां तेरे कोल आ उन्हां दी कदर कर उन्हां दे लई वाहेगुरु जी दा शुकराना करिया कर फिर तेनों एहसास होवेगा कि तेनों भी वाहेगुरु जी ने बहुत कुछ दिता है जो चीज़ां साडे कोल हन कई लोग उन्हां चीज़ां नूं भी तरसदे ने उन्हां चीज़ां नूं पाउण दे लई संघर्ष कर रहे ने जदों आपां इस तरीके दे नाल सोचांगे तां अपने आप नूं दुनिया दे सब तो अमीर खुश नसीब सब तो ताकतवर इंसान समझांगे कहिंदे ओह दुखी इंसान ने किसान दा धन्नवाद कीता कि भरावा बहुत बहुत धन्नवाद इन्ना कीमती मंत्र दसन दे लई अज तो बाद मैं हर रोज अपने दिन की शुरुआत मालक दे शुकराने तो करिया करांगे सो संगत जी साढ़े अंदर की नैगेटिविटी साढ़े अंदर की निराशा ही सानू नाकामयाब बनाउंदी आ असी अपने आप दे विचों कमियां देखते रहने जां फिर उन्हां चीज़ां दे पिछे भजदे रहने जो चीज़ां अजे सानू नहीं मिलियां उन्हां करके दुखी परेशान होंदे रहने इस करके कहा जांदा भी अपने दिन की शुरुआत हमेशा वाहेगुरु जी दे शुकराने तो करो क्योंकि जदों आपां सवेरे उठ के वाहेगुरु जी दा शुकराना करदे आं तां सानू एहसास हुंदा वी वाहेगुरु जी ने सानू बहुत कुछ दिता है असी एक रज्जी हुई रूह बन जाने आं तां फिर ओह रज्जी हुई रूह सारा दिन जिथे भी जांदी आ ना उहनू
कामयाबी मिलती है, वो खुश रहती है, रजी हुई रूह हमेशा तंदुरुस्त रहती है, तरक्की करती है। सो आपा भी रजिया रूहां बनना है तो इस दे लई रोज़ सवेरे उठदे आ सार वाहेगुरु जी का शुकराना करो, वाहेगुरु जी का नाम जपो और वाहेगुरु जी तो जदों मंगो अपने शरीर की तंदुरुस्ती मंगो, अपने लिए अमृत वेला मंगो, अपने लिए वो सतगुरु सच्चे पातशाह जी का नाम मंगो, वाहेगुरु जी का दिता हुआ ज्ञान मंगो, क्योंकि इसे ने ही सानू तारना है, इसे ने ही साढ़े तन मन तंदुरुस्त नरोए रखना है। सो संगत जी अज की यह वीडियो तुहानू किस तरह की लगी है तुसी कमेंट बॉक्स के जरूर दस्यो जी, क्योंकि तुहाडा कीता हुआ एक एक कमेंट साढ़े लिए बहुत मायने रखता है। जदों तुसी सोहने सोहने कमेंट करते हो तो साडा बहुत हौसला वधदा है। तो जे वीडियो चंगी लगे फिर चंगा कमेंट करिया करो, पर जेकर कोई कमी लगती है वह भी जरूर दस्या करो, ता जो आपां उस कमी नूं सुधार सकीए। सो वाहेगुरु जी दे शुकराने विच रहो, वाहेगुरु जी का सिमरन करते रहो तो सदा ही खुश रहोगे, तंदुरुस्त रहोगे, नरोई रहोगे। वाहेगुरु जी का खालसा।